ਉਹ ਆਪਣੀ ਡਿਊਟੀ ਨਿਭਾਉਂਦੇ ਸੀ, ਮਾਮੇ ਮਾਸੀ ਭੂਆ ਚਾਚੇ ਤਾਏ ਦੇ ਧੀਆਂ ਪੁੱਤਾਂ ਦੀ, ਅਲਾ ਕਹਿੰਦਾ ਸਾਡੇ ਆ ਯਾਰ, ਸਾਡੇ ਗੋਤ ਦਾ, ਸਾਡੇ ਧਰਮ ਦਾ, ਸਾਡੇ ਪਿੰਡ ਦਾ, ਹੈ ਨਾ, ਸਾਡੀ ਜਾਤ ਦਾ। ਅੱਜ ਤਾਂ ਭੈਣ ਭਰਾ ਵੀ ਕਹਿਣਗੇ ਨਾ ਹੋਇਆਂ ਵਰਗੇ ਆ, ਮਾਂ ਪਿਓ ਵੀ ਕਹਿਣਗੇ ਨਾ ਹੋਇਆਂ ਵਰਗੇ ਆ। ਫਿਰ ਉਸ ਤੋਂ ਬਾਅਦ ਅੱਗੇ ਕੌਣ ਰਹਿ ਜਾਂਦਾ? ਪਰਿਵਾਰ ਤੋਂ ਬਾਅਦ ਸਮਾਜ ਆ, ਸਮਾਜ ਵੀ ਪਰਿਵਾਰ ਆ। ਸਮਾਜ ਦੇ ਵਿੱਚ ਕੌਣ ਲੋਕ ਆ ਜਿਹੜੇ ਸਕਸ਼ਮ ਨੇ, ਜਿਹੜੇ ਇਹ ਚੀਜ਼ ਕਰ ਸਕਦੇ ਨੇ? ਹਰੇਕ ਪਿੰਡ ਦੇ ਵਿੱਚ ਇੱਦਾਂ ਦੇ 10 ਘਰ ਹੁੰਦੇ ਜਿਨ੍ਹਾਂ ਨੂੰ ਮਹਾਰਾਜ ਨੇ ਇੰਨੀ ਪਾਵਰ ਦਿੱਤੀ ਆ ਵੀ ਸਾਰੇ ਪਿੰਡ ਨੂੰ ਖਵਾ ਸਕਦੇ ਆ ਵੈਸੇ, ਅਤੇ ਪਰ ਸਾਰਾ ਪਿੰਡ ਭੁੱਖਾ ਨਹੀਂ ਮਰਦਾ। ਪਿੰਡ 'ਚ ਕੋਈ ਇੱਕ ਦੋ ਘਰ ਹੁੰਦੇ ਜਿਹੜੇ ਵਕਤ ਦੀ ਮਾਰ ਕਰਕੇ ਜਾਂ ਆਪਣੀਆਂ ਗਲਤੀਆਂ ਕਰਕੇ, ਨਸ਼ਿਆਂ ਕਰਕੇ ਉਹ ਇਹਨਾਂ ਹਾਲਾਤਾਂ 'ਚ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਨਰਕ ਕਹਿੰਦੇ ਹਾਂ। ਬਹੁਤ ਸਾਰੇ, ਇੱਕ ਮਾਂ ਸਾਡੇ ਕੋਲ ਆਈ ਬਠਿੰਡੇ ਵੱਲੋਂ, ਉਹਦੇ ਬ੍ਰੈਸਟ ਦੇ ਵਿੱਚ ਕੈਂਸਰ ਸੀ, ਕੀੜੇ ਪੈ ਗਏ, ਉਹਦੇ ਘਰ ਵਾਲਾ ਬੱਕਰੀਆਂ ਚਾਰਦਾ। ਉਹ ਪਿੰਡ ਦੇ ਵਿੱਚ ਗਊਸ਼ਾਲਾ ਵਾਲੇ ਬਾਈ ਕੋਲ ਜਾਂਦਾ, ਕਹਿੰਦਾ ਬਾਈ ਯਾਰ ਮੈਨੂੰ ਤੇਲ ਦੇ ਜਿਹੜਾ ਤੂੰ ਪਾਉਣਾ ਉਹਨਾਂ ਗਾਵਾਂ ਦੇ ਕੀੜੇ ਕੱਢਣ ਲੱਗੇ, ਤੇਰੀ ਤਾਈ ਦੇ ਕੀੜੇ ਪੈ ਗਏ। ਉਹ ਜਾ ਕੇ ਦੇਖਦਾ ਉਹਦੀ ਸਾਰੀ ਬੱਖੀ 'ਚ ਖੁੱਡਾਂ। 8 ਸਾਲ ਪਹਿਲਾਂ ਹਸਪਤਾਲ ਗਿਆ ਲੈ ਕੇ ਵਾਈਫ ਨੂੰ, ਡਾਕਟਰ ਕਹਿੰਦੇ ਇਹਦੇ ਕੈਂਸਰ ਆ ਬ੍ਰੈਸਟ ਦਾ, ਵੀ ਇਹਦਾ ਸੇਵਾ ਕਰ ਲਾ। 8 ਸਾਲ ਉਹ ਲੇਡੀ ਜਿਉਂਦੀ ਰਹਿੰਦੀ ਆ, ਉਹਦੇ ਦੋਨੇ ਬ੍ਰੈਸਟ ਸੁੱਕ ਜਾਂਦੇ ਆ, ਮਤਲਬ ਜਮ੍ਹਾਂ ਹੀ ਜ਼ਖਮ ਬਣ ਕੇ ਇੱਦਾਂ ਥੱਲੇ ਝੜ ਜਾਂਦੇ ਆ, ਅੰਦਰ ਖੁੱਡਾਂ ਬਣ ਜਾਂਦੀਆਂ ਕੀੜੇ, ਗਰਮੀਆਂ 'ਚ ਬੰਦਾ ਕੱਪੜਾ ਵੀ ਨਹੀਂ ਲੈ। ਅਤੇ ਉਹ ਮਾਤਾ ਨੂੰ ਲੈ ਕੇ ਉਹ ਮਾਂ ਐਂ ਕੀੜੇ ਕੱਢ ਕੇ ਐਂ ਪੈਰਾਂ ਨਾਲ ਮਲੀ ਜਾਂਦੀ ਆ, ਤੜਫੀ ਜਾਂਦੀ ਆ ਬੈਠੀ। ਹੁਣ ਉਸ ਪਿੰਡ ਦੇ ਕੋਈ ਬੰਦੇ ਉਹਦੀ ਮਦਦ ਨਹੀਂ ਸੀ ਕਰ ਸਕਦੇ। ਬਹੁਤ ਸਾਰੇ ਪਿੰਡਾਂ ਜਿੱਥੋਂ ਅਸੀਂ ਬਜ਼ੁਰਗਾਂ ਨੂੰ, ਬਾਪੂ ਕੇਸਰ ਸਿੰਘ ਦੀ ਆਪਾਂ ਗੱਲ ਕਰੀਏ, ਉੱਥੋਂ ਪਹਿਲੇ ਬੰਦੇ ਨੂੰ ਸਿਆ, ਹੁਣ ਉਹਦੇ ਭਰਾ ਵੀ 8 ਸੀ, ਕਿਸੇ ਨੇ ਮਦਦ ਨਹੀਂ ਕਰੀ। ਕਿਉਂ ਲੋਕ ਕਿਉਂ ਨਹੀਂ ਅੱਗੇ ਆਉਂਦੇ? ਹੁਣ ਇੱਥੇ ਗੱਲ, ਮੈਂ ਲੰਗਰ ਵਾਲੀ ਗੱਲ ਕਰ ਰਿਹਾ ਸੀ ਤੁਹਾਨੂੰ, ਦੇਖੋ ਮੈਂ ਉੱਥੇ ਹੀ ਲੈ ਕੇ ਨਾਨਕ ਦਾ ਤੋਰਿਆ ਹੋਇਆ, ਮੈਂ ਉੱਥੇ ਲੈ ਕੇ ਉੱਪਰ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੈ ਕਿ ਕਿਸੇ ਦੇ ਮੂੰਹ ਦੇ ਵਿੱਚ ਕੋਈ। ਹੁਣ ਪਿੰਡਾਂ ਦੇ ਵਿੱਚ ਸਾਡੇ ਲੰਗਰ ਲੱਗਦੇ ਆ, ਗੁਰੂ ਘਰਾਂ 'ਚ ਵੀ ਲੱਗਦੇ ਨੇ, ਸੜਕਾਂ, ਕਿਹੜੀ ਚੀਜ਼ ਦਾ ਲੰਗਰ ਨਹੀਂ ਲੱਗਿਆ? ਸੰਘਰਸ਼ 'ਚ ਦੇਖੋ, ਮੰਨ ਲਓ ਕਿਸ ਚੀਜ਼ ਦਾ ਲੰਗਰ ਨਹੀਂ ਲੱਗਿਆ। ਪਰ ਅੱਜ ਸਾਡੀ ਬੇਨਤੀ ਆ ਵੀ ਜੇ ਅਸੀਂ ਲੰਗਰ ਲਾਉਣੇ ਆ, ਦਵਾਈਆਂ ਦੇ ਲੰਗਰ ਲਾ ਦੀ ਆਪਦੇ ਪਿੰਡ ਦੇ ਵਿੱਚ। ਹੁਣ ਐੱਨ ਆਰ ਆਈ ਭੈਣ ਭਰਾਵਾਂ ਨੂੰ ਬੇਨਤੀ, ਜ਼ਿਆਦਾ ਸਭ ਤੋਂ ਵੱਡਾ ਤਬਕਾ ਪੰਜਾਬ ਦਾ ਐੱਨ ਆਰ ਆਈਆਂ 'ਤੇ ਡਿਪੈਂਡੈਂਟ ਆ, ਸਾਡੀਆਂ ਸੰਸਥਾਵਾਂ ਵੀ ਜ਼ਿਆਦਾਤਰ ਉੱਥੋਂ ਹੀ ਚੱਲਦੀਆਂ। ਜੇ ਉਹ ਆਪੋ ਆਪਣੇ ਪਿੰਡਾਂ ਨੂੰ ਸਾਂਭ ਲੈਣ ਤਾਂ ਲੋੜ ਹੀ ਨਾ ਪਵੇ ਇਹਨਾਂ ਸੰਸਥਾਵਾਂ ਦੀ। ਹਰ ਪਿੰਡ ਦੇ ਵਿੱਚ ਅੱਜ 10-20-50 ਘਰ ਕੈਨੇਡਾ ਅਮਰੀਕਾ ਬੈਠੇ ਆ, ਉਹ ਆਪਦੇ ਪਿੰਡ 'ਚ ਫਸ ਕਿਹੜੀ ਗੱਲ 'ਚ ਗਏ? ਇੱਕ ਬੰਦਾ ਉਹ ਚਾਹੁੰਦਾ ਮੈਂ ਆਪਦੇ ਪਿੰਡ 'ਚ ਕਿਸੇ ਦੀ ਮਦਦ ਕਰਾਂ, ਉਹਦਾ ਤਾਇਆ ਚਾਚਾ ਕਹਿਣ ਰਹਿਣ ਦੇ ਤਾਂ ਆਪਣੇ ਨਾਲ ਬਣਦੀ ਨਹੀਂ, ਇਹ ਆਪਣੀ ਦੂਜੀ ਪਾਰਟੀ ਦਾ, ਮਤਲਬ ਚਾਹੁੰਦੇ ਹੋਏ ਵੀ ਬੰਦੇ ਮਦਦ ਨਹੀਂ ਕਰ ਪਾ ਰਹੇ। ਜੇ ਪਿੰਡਾਂ ਦੇ ਵਿੱਚ ਉਹ ਆਪਣੇ ਆਪਣੇ ਪਿੰਡਾਂ ਨੂੰ ਸਾਂਭ ਲੈਣ, ਜਦੋਂ ਅਸੀਂ ਕਿਸੇ ਵੱਡੇ ਪਿੰਡ 'ਚ ਜਾਂਦੇ ਹਾਂ, ਹੁਣ ਕੱਲ੍ਹ ਪਰਸੋਂ ਇੱਕ ਮੋਗੇ ਜ਼ਿਲ੍ਹੇ ਦਾ ਪਿੰਡ ਆ, ਉੱਥੋਂ ਇੱਕ ਵੀਰ ਨੂੰ ਲੈ ਕੇ ਆਏ, ਉਹਦੇ ਕੀੜੇ ਪਏ ਹੋਏ ਪੈਰ 'ਚ, ਉਹ ਲੇਬਰ ਕਰਦਾ ਸੀ, ਸਾਰੇ ਪਿੰਡ 'ਚ ਉਹ ਦਿਹਾੜੀ ਕਰਦਾ ਰਿਹਾ, ਹਰੇਕ ਦੇ ਘਰ ਗਿਆ, ਉਹ ਪੂਰੀ 50 ਸਾਲ ਦੀ ਉਮਰ ਆ ਕਰੀਬ, ਮਜ਼ਦੂਰੀ ਕਰਦਾ ਸੀ ਬੰਦਾ। ਉਹਦੇ ਪੈਰ 'ਤੇ ਜ਼ਖਮ ਹੋ ਗਿਆ, ਕਹਿੰਦੇ ਕੱਖ ਲੱਗ ਗਿਆ ਪਿੰਡ 'ਚ, ਆਪਾਂ ਕਹਿ ਦਿੰਦੇ ਵੀ ਸੱਪ ਨੇ ਮੂੰਹ ਲਾ ਤਾ, ਗਲ ਗਿਆ ਪੂਰਾ। ਸਰਕਾਰੀ ਹੋਸਪਿਟਲ ਲੈ ਕੇ ਗਏ ਮੋਗੇ, ਉਹਨਾਂ ਨੇ ਪਟਿਆਲਾ ਉੱਥੇ ਰੈਫਰ ਕਰਤਾ ਫਰੀਦਕੋਟ ਮੈਡੀਕਲ ਕਾਲਜ। ਫਰੀਦਕੋਟ ਵਾਲੇ ਕਹਿੰਦੇ ਸਾਡੀ ਸਟ੍ਰਾਈਕ ਚੱਲਦੀ, ਇਹਨੂੰ ਵਾਪਸ ਲੈ ਜਾਓ, ਉਹਦੇ ਕੀੜੇ ਪੈ ਗਏ ਉਹ ਸਾਡੇ ਕੋਲ ਲੈ ਕੇ। ਹੁਣ ਮੈਂ ਪੁੱਛਣਾ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਦੇਖੋ ਕਿੰਨੇ, ਇੰਨੇ ਲੋਕ ਵੀ ਨਹੀਂ ਸੀਗੇ ਜਿਹੜੇ ਉਹਦੀ ਮਦਦ ਕਰ ਦਿੰਦੇ, ਉੱਥੇ ਉਹਨੂੰ ਐਡੀ ਦੂਰ ਆਉਣਾ ਪਿਆ? ਸਾਡੇ ਵਰਗਾ ਸਮਾਜ ਸੇਵੀ ਬਣ ਰਿਹਾ ਇੱਕ, ਮਤਲਬ ਪਖੰਡੀ ਚੋਰ ਵੀ ਮੈਂ ਸੇਵਾ ਕਰਦਾ, ਸਾਡੇ ਤੋਂ ਵੱਧ ਸੇਵਾ ਉਹ ਕਰ ਸਕਦੇ ਆਪਦੇ ਪਿੰਡ 'ਚ, ਕਿਉਂ ਨਹੀਂ ਸਾਂਭਦੇ ਲੋਕਾਂ ਨੂੰ? ਮੈਂ ਤਾਂ ਇਹੀ ਬੇਨਤੀ ਕਰਦਾ ਵੀ ਆਪੋ ਆਪਣੇ ਪਿੰਡਾਂ 'ਚ ਲੋਕ ਅਵੇਅਰ ਹੋਣ, ਉੱਥੇ ਲੋਕਾਂ ਦੀ ਛੋਟੀ ਜਿਹੀ ਮਦਦ ਉਸ ਟਾਈਮ ਹੋ ਜਾਵੇ। ਉਹਦੇ ਕੀੜੇ ਪੈਣੇ ਹੀ ਨਹੀਂ ਸੀ, ਉਹ ਗਰੀਬ ਦੀ ਲੱਤ ਵੱਢਣ ਤੱਕ ਨੌਬਤ ਹੀ ਨਹੀਂ ਸੀ ਆਉਣੀ ਜੇ ਉਹਦੀ ਉੱਥੇ ਛੋਟੀ ਜਿਹੀ ਮਦਦ ਕਰ ਦਿੰਦੇ। ਪਰ ਜਦੋਂ ਉੱਥੇ ਪੁੱਛੀਦਾ ਇਹ ਜੀ ਸ਼ਰਾਬ ਪੀਂਦਾ ਜੀ, ਇਹ ਜੀ ਜਰਦਾ ਲਾਉਂਦਾ ਜੀ, ਹੁਣ ਕਮੀਆਂ ਤਾਂ ਬਾਈ ਸਾਰਿਆਂ 'ਚ ਹੀ ਆ, ਸਾਡਾ ਫਰਜ਼ ਆ ਉਹਦੇ ਹਾਲਾਤ ਦੇਖਣਾ, ਕਮੀਆਂ ਦੇਖਾਂਗੇ ਤਾਂ ਖੁਦ 'ਚ ਵੀ ਬਹੁਤ ਨੇ ਸਾਡੇ 'ਚ। ਚਲੋ ਮੇਰਾ ਇੱਕ ਆਖਰੀ ਸਵਾਲ ਹੈ, ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਹੋਰ ਸਟੇਜ ਦੇ ਉੱਤੇ ਹੋਵੇ ਜਾਂ ਤੁਹਾਡੇ ਕੋਲ ਹੋਰ ਵੱਖਰੀ ਪਾਵਰ ਹੋਵੇ ਔਰ ਤੁਸੀਂ ਵੱਧ ਸੇਵਾ ਕਰ ਸਕੋਗੇ? ਨਹੀਂ, ਬਿਲਕੁਲ ਨਹੀਂ ਜੀ, ਇਸ ਤੋਂ ਵੱਡੀ ਸੇਵਾ ਮੈਂ, ਸਾਨੂੰ ਨਹੀਂ ਲੱਗਦਾ। ਨਹੀਂ, ਇਹਨਾਂ ਲੋਕਾਂ ਦੀ ਜਿਹੜੇ ਬੇਸਹਾਰਾ ਨੇ, ਉਹਨਾਂ ਲੋਕਾਂ ਦੀ ਸੇਵਾ ਤੁਹਾਨੂੰ ਲੱਗਦਾ ਕਿ ਤੁਸੀਂ, ਮੈਂ ਸਿੱਧਾ ਪੁੱਛ ਲੈਣਾ ਕਿ ਜੇ ਤੁਸੀਂ ਇੱਕ ਪੋਲੀਟੀਸ਼ੀਅਨ ਹੋਵੋ
ਨਹੀਂ ਕਰ ਸਕਦੇ ਜਹਿਨ ਚ ਆਇਆ ਕਦੇ ਨਹੀਂ ਜੀ ਆਮ ਤੌਰ ਤੇ ਇਸ ਤਰੀਕੇ ਮੈਂ ਸਿੱਧਾ ਸਵਾਲ ਕਰ ਰਿਹਾ ਕਿ ਆਮ ਤੌਰ ਤੇ ਜਿਹੜੇ ਲੋਕ ਬਹੁਤ ਸਮਾਜ ਸੇਵੀ ਬਣਦੇ ਨੇ ਉਹ ਫਿਰ 2-4-5-10 ਸਾਲਾਂ ਬਾਅਦ ਜਾ ਕੇ ਪੋਲਿਟਿਕਸ ਜੁਆਇਨ ਕਰ ਲੈਂਦੇ ਉਹਨਾਂ ਨੂੰ ਟਿਕਟ ਆਫਰ ਕਰ ਦਿੱਤੀ ਜਾਂਦੀ ਹੈ ਕਿ ਨਹੀਂ ਤੁਸੀਂ ਸਾਡੇ ਵੱਲੋਂ ਆ ਕੇ ਲੜੋ ਸਾਨੂੰ ਵੀ ਆਈਆਂ ਜੀ ਆਫਰਾਂ ਅਸਲ 'ਚ ਕੀ ਪਾਰਟੀ ਨੇ ਕੀਤੀ ਨਹੀਂ ਨਾ ਨਹੀਂ ਇਹ ਗੱਲ ਨਹੀਂ ਆਪਾਂ ਪੈਣਾ ਗੱਲ ਇਹ ਆ ਵੀਰੇ ਸਾਨੂੰ ਉਹਨਾਂ ਨੇ ਸਬਜ਼ ਬਾਗ ਵੀ ਦਿਖਾਏ ਵੀ ਅਸੀਂ ਸਰਵੇ ਕਰਾ ਲਿਆ ਤੁਸੀਂ ਜੇਤੂ ਹਾਂ ਫਲਾਨਾ ਅਸੀਂ ਉਹਨਾਂ ਨੂੰ ਕਿਹਾ ਜੇ ਤੁਸੀਂ ਸਾਨੂੰ ਵਾਕਈ ਪਿਆਰ ਕਰਦੇ ਹੋ ਤਾਂ ਸਾਨੂੰ ਸੇਵਾ ਕਰ ਲੈਣ ਅਸੀਂ ਇਹ ਦੇਖੋ ਅੱਜ ਮਸਲਾ ਕੀ ਆ ਨਾ ਜੀ ਕਿਸੇ ਨੇ ਕੌਲੇ ਨੂੰ ਸਮੁੰਦਰ ਮੰਨ ਲਿਆ ਪੋਲੀਟੀਸ਼ਨ ਜਾਂ ਪੋਲੀਟਿਕਸ ਮਾੜਾ ਨਹੀਂ ਹੈਗਾ ਕੁਛ ਪਰ ਉਹਨੂੰ ਲੋਕ ਹਰ ਇੱਕ ਧੰਦੇ ਦਾ ਐਂਡ ਪੋਲੀਟੀਸ਼ਨ ਪੋਲੀਟਿਕਸ ਨੂੰ ਮੰਨ ਲਿਆ ਵੀ ਇਹਦੇ 'ਚ ਹੀ ਹੈ ਸਾਰਿਆਂ ਨੇ ਮਰਜ਼ ਹੋਣਾ ਜਾ ਕੇ ਪਰ ਅਸੀਂ ਆਪਣੇ ਆਪ ਨਾਲ ਇੱਕ ਪ੍ਰੋਮਿਸ ਤੁਸੀਂ ਕਦੇ ਪੋਲੀਟਿਕਸ ਜੁਆਇਨ ਨਹੀਂ ਕਰੋ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਜੇ ਅਸੀਂ ਜਾਈਏ ਵੀ ਸੰਗਤ ਸਾਨੂੰ ਜਵਾਬ ਦੇਵੇ ਇਸ ਚੀਜ਼ ਦਾ ਵੀ ਅਸੀਂ ਕਿਤੇ ਇਸ ਪਾਸੇ ਨੂੰ ਨਾ ਤੁਰੀਏ ਰਾਜ ਸਭਾ ਰਾਜ ਸਭਾ ਕੁਛ ਨਹੀਂ ਜੀ ਅਸੀਂ ਤਾਂ ਦੇਖੋ ਅਸੀਂ ਕੌਣ ਰਾਜ ਸਭਾ 'ਚ ਔਕਾਤ ਹੀ ਨਹੀਂ ਸਾਡੀ ਅਸੀਂ ਇੱਕ ਸੇਵਾਦਾਰ ਹਾਂ ਜੀ ਤੁਸੀਂ ਯਕੀਨ ਮੰਨਿਓ 2016 ਤੋਂ ਪਹਿਲਾਂ ਸਾਡੇ ਨਾਲ ਕੋਈ ਖੜ ਕੇ ਫੋਟੋ ਖਿਚਾਉਣ ਤੱਕ ਹੀ ਅਸੀਂ ਕਿਸੇ ਨਾਲ ਖੜ ਕੇ ਜੇ ਫੋਟੋ ਖਿਚਾਉਂਦੀ ਉਹ ਵੀ ਨਹੀਂ ਸਾਡੇ ਨਾਲ ਖੜਦਾ ਸ਼ਾਇਦ ਅੱਜ ਸਾਨੂੰ ਲੋਕ ਇੰਨਾ ਪਿਆਰ ਕਰਦੇ ਆ ਲੋਕ ਫੋਟੋਆਂ ਪਿਆ ਮੰਨ ਲਓ ਮਾਵਾਂ ਦੇ ਪੁੱਤ ਬਣੇ ਹੋਏ ਆ ਕਿੰਨੀਆਂ ਭੈਣਾਂ ਦੇ ਭਰਾ ਬਣੇ ਆ ਕਿੰਨੇ ਬਾਪੂ ਬਜ਼ੁਰਗਾਂ ਦੇ ਪੁੱਤ ਆ ਮੈਂ ਰੱਖੜੀ ਨੂੰ ਦੇਖ ਰਿਹਾ ਜੀ ਤੁਸੀਂ ਪੂਰੀ ਬਾਂਹ ਭਰੀ ਮਾਵਾਂ ਦੋਨੇ ਭਰ ਗਈਆਂ ਸੀ ਬਾਈ ਮਤਲਬ ਇੱਦਾਂ ਪਿਆਰ ਤਾਂ ਮੈਨੂੰ ਨਹੀਂ ਲੱਗਦਾ ਰਾਜ ਸਭਾ ਕਿਤੇ ਹੁਣ ਸਾਨੂੰ ਕੋਈ ਵੱਡਾ ਅਵਾਰਡ ਕੋਈ ਦੇ ਦੇਵੇ ਇਸ ਤੋਂ ਵੱਡਾ ਅਵਾਰਡ ਕੀ ਆ ਬਾਈ ਜਦੋਂ ਇੱਕ ਮਾਂ ਜੱਫੀ 'ਚ ਪਾ ਕੇ ਕਹਿੰਦੀ ਆ ਪੁੱਤ ਤੂੰ ਮੇਰਾ ਪੁੱਤ ਆ ਤੂੰ ਮੇਰੀ ਜਾਨ ਮੈਂ ਅਵਾਰਡ ਵਾਲੇ ਪਾਸੇ ਆ ਰਿਹਾ ਸੀ ਇੱਕ ਸੋਸ਼ਲ ਮੀਡੀਆ 'ਤੇ ਬੜੀ ਗੱਲ ਤੁਰੀ ਕਹਿੰਦੇ ਕਿ ਤੁਹਾਨੂੰ ਪਦਮ ਅਵਾਰਡ ਮਿਲਣਾ ਚਾਹੀਦਾ ਸਾਨੂੰ ਕੋਈ ਅਵਾਰਡ ਨਹੀਂ ਚਾਹੀਦਾ ਮੈਂ ਬੇਨਤੀ ਕਰਦਾ ਭੈਣਾਂ ਭਰਾਵਾਂ ਨੂੰ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਆ ਅਰਦਾਸ ਕਰਿਓ ਅਸੀਂ ਚੰਗੇ ਮਨ ਨਾਲ ਸਾਫ਼ ਨੀਤ ਨਾਲ ਸੇਵਾ ਕਰਦੇ ਰਹੀਏ ਇਨਸਾਨ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਉਹਦੀ ਨੀਤ ਵਿਗੜ ਜਾਵੇ ਸਾਡੇ ਪਰਿਵਾਰ ਦਾ ਸਾਡੇ ਬੱਚਿਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਦਾ ਮਾਦਾ ਬਣਾਉਣ ਵੀ ਉਹ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਇੱਥੇ ਕੁਛ ਪਾਉਣ ਇਹਦੇ ਵਿੱਚੋਂ ਅਸੀਂ ਖਾਈਏ ਨਾ ਕੁਛ ਕੱਢੀਏ ਨਾ ਸਾਡੀ ਨੀਤ ਸਾਫ਼ ਰੱਖਿਓ ਵਾਹਿਗੁਰੂ ਜੀ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਇਹੀ ਆ ਜਿੱਦਣ ਸਾਡੇ ਸਵਾਸ ਪੂਰੇ ਹੋਣ ਇਸੇ ਤਰ੍ਹਾਂ ਹੀ ਸੇਵਾ ਕਰਦਿਆਂ ਦੇ ਪੂਰੇ ਹੋ ਜਾਣ ਹੋਰ ਕੋਈ ਅਹੁਦਾ ਨਹੀਂ ਦੁਨੀਆ ਦਾ ਇਸ ਤੋਂ ਵੱਡਾ ਜਿਹੜਾ ਅਹੁਦਾ ਸਾਨੂੰ ਦਿੱਤਾ ਨਾ ਬਾਈ ਜੀ ਸ਼ੁਕਲਾ ਜੀ ਵਾਹਿਗੁਰੂ ਜੀ ਨੇ ਸਾਨੂੰ ਨਹੀਂ ਲੱਗਦਾ ਦੁਨੀਆ 'ਚ ਇਸ ਤਰ੍ਹਾਂ ਦਾ ਅਹੁਦਾ ਮੈਂ ਤਾਂ ਹੀ ਪੁੱਛ ਰਿਹਾ ਸੀ ਕਿ ਅਹੁਦੇ ਤਾਂ ਫਿਰ ਆਫਰ ਕਰ ਦਿੱਤੇ ਜਾਂਦੇ ਨੇ ਜਿਵੇਂ ਤੁਸੀਂ ਟਿਕਟ ਆਫਰ ਦੀ ਗੱਲ ਕਰ ਦਿੱਤੀ ਕਿ ਰਾਜ ਸਭਾ ਆਫਰ ਹੁੰਦੀ ਹੈ ਤਾਂ ਤੁਸੀਂ ਉਹਦੇ ਬਾਰੇ ਸੋਚ ਸਕਦੇ ਹੋ ਕਿ ਨਹੀਂ ਬਾਈ ਜੀ ਮੈਂ ਉਹ 'ਚ ਜਵਾਬ ਦੇ ਦੋਗੇ ਠੁਕਰਾ ਲਓਗੇ ਕਿ ਨਹੀਂ ਜਾਣਾ ਮੇਰਾ ਮੈਂ ਕੀ ਕਰ ਸਕਦਾ ਉਹਦੇ 'ਚ ਜਾ ਕੇ ਮੈਂ ਅਨਪੜ੍ਹ ਬੰਦਾ ਮੈਂ ਇਸ ਕਰਕੇ ਕਹਿ ਰਿਹਾ ਸੀ ਕਿ ਜਿੱਥੇ ਤੁਸੀਂ ਅੱਜ ਹੈਗੇ ਹੋ ਨੋ ਡਾਊਟ ਤੁਸੀਂ ਇੱਕ ਵੱਡਾ ਨਾਮ ਬਣ ਚੁੱਕੇ ਹੋ ਪਰ ਹੋ ਸਕਦਾ ਕਿ ਤੁਹਾਡੇ ਕੋਲ ਪਾਵਰ ਹੋਵੇ ਤੁਸੀਂ ਜਿਹੜੀਆਂ ਡਿਸੀਜਨ ਜਿਵੇਂ ਤੁਸੀਂ ਕਹਿੰਦੇ ਡੀਸੀ ਨੂੰ ਚਿੱਠੀਆਂ ਕੱਢਣੇ ਤੁਸੀਂ ਹੋ ਸਕਦਾ ਕਿ ਉਸ ਪਾਵਰ 'ਚ ਹੋਵੋਗੇ ਸਾਰੇ ਡੀਸੀ ਨੂੰ ਚਿੱਠੀਆਂ ਕੱਢੋਗੇ ਆਪਣੇ ਪਿੰਡਾਂ 'ਚ ਦੇਖੋ ਪਰ ਨਹੀਂ ਕਰ ਸਕੂੰਗਾ ਮੈਂ ਫਿਰ ਮੇਰੇ ਜੰਜੀਰਾਂ ਬਹੁਤ ਪੈ ਜਾਣੀਆਂ ਨਾ ਦੇਖੋ ਛੱਪੜ ਦੀ ਸਫਾਈ ਛੱਪੜ ਦੇ ਬਾਹਰ ਖੜ ਕੇ ਕਰਨ ਦੀ ਬਜਾਏ ਵਿੱਚ ਉਤਰਨਾ ਆਪਾਂ ਕਹਿੰਦੇ ਹਾਂ ਪਰ ਛੱਪੜ ਦੀ ਡੂੰਘਾਈ ਵੀ ਦੇਖਣੀ ਪੈਣੀ ਹੈ ਛੱਪੜ ਦੇ ਵਿੱਚ ਅੱਜ ਤਕਨੀਕੀ ਤੌਰ ਨਾਲ ਮਸ਼ੀਨ ਲਿਆ ਕੇ ਆਪਾਂ ਬਾਹਰੋਂ ਖੜ ਕੇ ਵੀ ਪੋਪ ਲੈਣ ਨਾਲ ਸਫਾਈ ਕਰ ਸਕਦੇ ਅਸੀਂ ਜ਼ਰੂਰੀ ਨਹੀਂ ਵੀ ਅਸੀਂ ਇਹਦੇ ਵਿੱਚ ਉਤਰੀਏ ਅਤੇ ਮੈਂ ਇਸ ਚੀਜ਼ ਨੂੰ ਮੈਂ ਨਹੀਂ ਕਹਿੰਦਾ ਕੋਈ ਮਾੜੇ ਆ ਜਾਂ ਮੈਂ ਕੋਈ ਗਲਤ ਕਹਾਂ ਪਰ ਅਸੀਂ ਬਿਲਕੁਲ ਵੀ ਨਾ ਰਾਜ ਸਭਾ ਨਾ ਸਾਨੂੰ ਕੁਛ ਚਾਹੀਦੀ ਨਾ ਮੈਂ ਲਵਾਂਗਾ ਵਾਹਿਗੁਰੂ ਕਿਰਪਾ ਕਰਨ ਅਸੀਂ ਇਹਨਾਂ ਮਾਵਾਂ ਦੇ ਪੁੱਤ ਬਣੇ ਰਹੀਏ ਇਹਨਾਂ ਭਰਾਵਾਂ ਦੇ ਭਰਾ ਬਣੇ ਰਹੀਏ ਸਾਨੂੰ ਆਫਰ ਵੀ ਨਾ ਕਰਨ ਮੇਰੀ ਬੇਨਤੀ ਆ ਉਹਨਾਂ ਭੈਣਾਂ ਭਰਾਵਾਂ ਨੂੰ ਵੀ ਜਿਹੜੇ ਮੈਂ ਦੇਖਦਾ ਕਮੈਂਟਾਂ 'ਚ ਲਿਖਿਆ ਹੁੰਦਾ ਵੀ ਇਹਨਾਂ ਨੂੰ ਵੱਡੇ ਅਵਾਰਡ ਅਵਾਰਡ ਇਸ ਤੋਂ ਵੱਡਾ ਕੀ ਆ ਜੀ ਅਸੀਂ ਸੇਵਾ ਕਰਦੇ ਹਾਂ ਜੇ ਅਵਾਰਡ ਮਿਲ ਗਿਆ ਕਿਸੇ ਦੀ ਝੋਲੀ 'ਚ ਜਾ ਕੇ ਅਸੀਂ ਬੈਠ ਗਏ ਜਾਂ ਕਿਸੇ ਦੇ ਅੱਜ ਤੱਕ ਬਾਈ ਜੀ ਸਾਡੀ 9 ਸਾਲ ਹੋਣ ਵਾਲੇ ਲਗਭਗ ਸਾਡੇ ਘਰ ਦੇ ਵਿੱਚ ਕਦੇ ਵੀ ਕੋਈ ਸਾਡਾ ਜਿਹੜਾ ਲੋਕਲ MLA ਆ ਕਦੇ ਉਹ ਵੀ ਨਹੀਂ ਆਇਆ ਬਾਈ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਗਲਤ ਆ ਠੀਕ ਆ ਉਹ ਸਾਨੂੰ ਸੇਵਾ ਹੈ ਕਿ ਤੁਸੀਂ ਵੜਨ ਨਹੀਂ ਦਿੱਤਾ ਉਹ ਸੇਵਾ ਨਹੀਂ ਕਰ ਸਾਨੂੰ ਉਹ ਸੇਵਾ ਕਰਨ ਦੇ ਰਿਹਾ ਚੰਗੀ ਗੱਲ ਆ ਮਨਪ੍ਰੀਤ ਸਿੰਘ ਵਾਲੀ ਜੀ ਆ ਸਾਡੇ ਲੋਕਲ MLA ਉਹਨਾਂ ਨੇ
ਸਾਡੇ ਜੇ ਉਹ ਆਉਣਗੇ, ਦੇਖੋ ਗੱਲ ਇਹ ਵੀ ਦੂਸਰੇ ਵੀ ਫਿਰ ਦੂਜੀ ਪਾਰਟੀਆਂ ਦੇ ਵੀ ਆਉਣਗੇ, ਇੱਕ ਅਸੀਂ ਪਬਲਿਕ ਦੇ ਵਿੱਚ ਬੈਠੇ ਹਾਂ, ਕਿਸੇ ਨੂੰ ਰੋਕ ਨਹੀਂ ਸਕਦੇ। ਇਲੈਕਸ਼ਨਾਂ ਦੇ ਵਿੱਚ ਨੋ ਡਾਊਟ ਇੱਕ ਦੋ ਵਾਰੀ ਹੋਰ ਬੰਦਿਆਂ ਨੇ ਸਾਨੂੰ ਅਪਰੋਚ ਕੀਤੀ ਸੀ, ਉਹਨਾਂ ਨੂੰ ਮਨ੍ਹਾ ਕਰਤਾ ਵੀ ਪਲੀਜ਼ ਜੇ ਆਉਣਾ ਬਾਅਦ 'ਚ ਆ ਜਾਇਓ। ਵੀ ਹੁਣ ਕਿਉਂਕਿ ਸਾਨੂੰ ਨਾ, ਮੈਂ ਤੁਹਾਡੇ ਨਾਲ ਇੱਕ ਵਾਕਿਆ ਸਾਂਝਾ ਕਰਾਂ, ਸਾਨੂੰ ਬੰਦਿਆਂ ਨੇ ਕਿਹਾ ਵੀ ਇਹਨਾਂ ਦੇ ਸਾਰਿਆਂ ਦੇ ਆਧਾਰ ਕਾਰਡ ਬਣਵਾ ਲਓ ਜਿੰਨੇ ਮੈਂਬਰ ਨੇ ਸਾਡੇ, ਵੀ ਇਹਨਾਂ ਦੀ ਆਪਾਂ ਪੈਨਸ਼ਨ ਸ਼ੁਰੂ ਕਰਾ ਲੈਂਦੇ ਹਾਂ ਜਾਂ ਕਿਵੇਂ। ਅਸੀਂ ਕਿਹਾ ਵੀ ਪੈਨਸ਼ਨ ਲੈਣ ਕੌਣ ਜਾਊ ਕਿੱਥੇ, ਵੀ ਠੀਕ ਨਹੀਂ ਲੱਗਿਆ ਸਾਨੂੰ, ਹੈ ਨਾ। ਚਲੋ ਆਧਾਰ ਕਾਰਡ ਬਣਾਉਣ, ਕਈਆਂ ਦੇ ਐਡਰੈਸ ਲੱਭਣ ਵਾਲੇ ਸੀ, ਚਲੋ ਐਡਰੈਸ ਲੱਭ ਜਾਣਗੇ। ਆਧਾਰ ਕਾਰਡ ਵਾਲੀ ਟੀਮ ਆ ਗਈ ਉੱਥੇ, ਡੀ ਸੀ ਸਾਹਿਬ ਨੇ ਭੇਜ ਦਿੱਤੀ, ਸਾਡੇ ਹਰਜਿੰਦਰ ਸਿੰਘ ਬੇਦੀ ਜੀ ਨੇ, ਏ ਡੀ ਸੀ ਹੁਣ ਸ਼ਾਇਦ ਉਹ ਪਟਿਆਲੇ ਲੱਗੇ ਹੋਏ ਨੇ, ਉਹ ਬਹੁਤ ਸਪੋਰਟ ਕਰਦੇ, ਪਹਿਲਾਂ ਲੁਧਿਆਣੇ ਵੀ ਰਹੇ, ਕੋਵਿਡ 'ਚ ਉਹਨਾਂ ਨੇ ਬਹੁਤ ਮਦਦ ਕੀਤੀ ਸਾਡੀ। ਉਹਨਾਂ ਨੇ ਟੀਮ ਭੇਜ ਦਿੱਤੀ, ਆਧਾਰ ਕਾਰਡ ਬਣ ਗਏ 100-125 ਬੰਦੇ ਦੇ। ਫਿਰ ਉਹ ਕਹਿੰਦੇ ਜੀ ਹੁਣ ਇਹਨਾਂ ਦੀ ਵੋਟ ਵੀ ਬਣਵਾ ਲਓ। ਹੁਣ ਮੈਂ ਕਿਹਾ ਜੇ ਸਾਡੀ 200-400 ਵੋਟ ਬਣ ਗਈ, ਪਹਿਲਾਂ ਸਾਡੇ ਪਿੰਡ ਦੀ ਸਰਪੰਚੀ ਵੀ ਸਾਡੇ 'ਤੇ ਤੈਅ ਹੋ ਜਾਣੀ ਹੈ ਵੀ ਮਨੁੱਖਤਾ ਦੀ ਸੇਵਾ ਹੀ ਬਣੂਗੀ ਸਰਪੰਚੀ ਦਾ, ਕਿਉਂ 500 ਵੋਟ ਸਾਡੇ ਅੰਦਰ ਬੈਠੀ ਆ। ਫਿਰ ਮੈਂ ਕਿਹਾ ਇੱਥੇ ਪੋਲੀਟੀਕਲ ਲੀਡਰਾਂ ਦਾ ਆਉਣਾ ਜਾਣਾ ਬਣਨਾ ਹੀ ਹੈ, ਜਦੋਂ 500 ਵੋਟ ਅੰਦਰ ਪਈ ਆ ਤਾਂ ਮਤਲਬ ਅਸੀਂ ਉਹਨਾਂ ਦੀ ਉਸ ਪਾਸੇ ਨੂੰ ਵੀ ਨਹੀਂ ਤੁਰੇ ਵੀ ਵੋਟ ਬਣਵਾਈਏ। ਅਤੇ ਨਾ ਮੈਂ, ਯਕੀਨ ਮੰਨੋ, ਨਾ ਮੈਂ ਇਸ ਵਾਰ ਐਮ ਪੀ ਦੀ ਵੋਟ ਪਾ ਕੇ ਆਇਆ, ਨਾ ਪਿਛਲੀ ਵਾਰੀ ਮੈਂ ਐਮ ਏ ਦੀ ਵੋਟ ਪਾ ਕੇ, ਐਮ ਐਲ ਏ ਦੀ ਵੋਟ ਪਾ ਕੇ ਆਇਆ। ਮੈਂ ਵੋਟ ਪਾਉਣ ਵੀ ਨਹੀਂ ਜਾਂਦਾ, ਕਿਉਂਕਿ ਮੈਂ ਨਹੀਂ ਕਹਿੰਦਾ ਵੀ ਇਹ ਗਲਤ ਗੱਲ ਆ, ਲੋਕਾਂ ਨੂੰ ਕਹੀਦਾ ਪਾਓ ਭਾਈ ਮਤਦਾਨ ਕਰਨਾ ਚੰਗੀ ਗੱਲ ਆ, ਪਰ ਸਾਡੀਆਂ ਡਿਊਟੀਆਂ ਜਿਹੜੀਆਂ ਵਾਹਿਗੁਰੂ ਲਾਈਆਂ ਸਾਡੇ ਲਈ, ਉਹ ਸਭ ਤੋਂ ਵੱਡੀਆਂ ਪ੍ਰੈਫਰੈਂਸ ਆ। ਚਲੋ ਮੈਂ ਵਾਈਂਡ ਅਪ ਕਰਾਂ, ਪਰ ਮੈਨੂੰ ਦੱਸ ਦਿਓ ਕਿ ਤੁਹਾਨੂੰ ਟਿਕਟ ਦੀ ਆਫਰ ਐਮ ਪੀ ਇਲੈਕਸ਼ਨ 'ਚ ਹੋਈ ਸੀ ਕਿ ਐਮ ਐਲ ਏ ਦੀ ਇਲੈਕਸ਼ਨ 'ਚ? ਇਸ ਵਾਰ ਹੋਈ ਹੈ 2022, ਇਸ ਵਾਰ ਹੀ ਹੋਈ ਸੀ 2000 ਜਿਹੜੀ ਹੁਣ ਹੋ ਗਈ ਸਾਡੀ ਇਲੈਕਸ਼ਨ 24 ਵਾਲੀ ਜਿਹੜੀ ਹੁਣ ਲੋਕ ਸਭਾ ਦੀ ਹੋਈ ਹੈ, ਲੁਧਿਆਣੇ ਵਾਲੀ ਟਿਕਟ ਉਹੀ ਹੋਊਗੀ ਜੀ, ਹੋਰ ਕਿਹੜੀ ਹੋਣੀ ਆ। ਸਾਡੇ ਕੋਲ ਬੰਦੇ ਆਏ ਸੀ, ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਵੱਡੇ ਵੱਡੇ ਨਾਮ ਵੀ ਲਏ, ਅਤੇ ਉਹਨਾਂ ਨੇ ਸਾਡੇ ਰਿਸ਼ਤੇਦਾਰਾਂ ਰਾਹੀਂ ਵੀ ਗੱਲ ਕਰੀ, ਅਤੇ ਉਹ ਸਾਡਾ ਰਿਸ਼ਤੇਦਾਰ ਵੀ ਉਹਦੇ ਗਾਲੀ ਪੈ ਗਿਆ, ਕਹਿੰਦਾ ਤੁਸੀਂ ਉਹਨੂੰ ਸੇਵਾ ਕਰ ਲੈਣਾ। ਮੈਂ ਦਿੱਲੀ ਵਾਲਿਆਂ ਦੇ ਨਾਮ ਲਏ ਸੀ, ਹਾਂ ਦਿੱਲੀ ਵਾਲਿਆਂ ਦੇ ਲਏ ਨਾ, ਜਾਂ ਦੋ ਤਿੰਨ ਵੱਡੀਆਂ ਪਾਰਟੀਆਂ ਉਹਨਾਂ ਦੇ ਵਿੱਚ ਕੋਈ ਆਇਆ ਤੁਹਾਡੇ ਕੋਲ? ਕੋਈ ਤਾਂ ਆਇਆ ਹੀ ਹੋਊ ਜੀ, ਹੈ ਨਾ। ਪਰ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਸੰਗਤ ਨੂੰ ਵੀ, ਜੇ ਕਿਤੇ ਅਸੀਂ ਵੀ ਤੁਹਾਡੇ ਮੂਹਰੇ ਆ ਕੇ ਖੜੇ ਹੋ ਜਾਈਏ ਜੋੜ ਕੇ ਹੱਥ, ਵੀ ਅਸੀਂ ਕਹੀਏ ਸਾਨੂੰ ਵੋਟਾਂ ਪਾਵੋ, ਸਾਨੂੰ ਬਿਲਕੁਲ ਨਾ ਪਾਇਓ।